ਸਤਿ ਸ਼੍ਰੀ ਅਕਾਲ ਦੋਸਤੋ, ਆਏ ਹੈਗੇ ਜੀ ਪਿੰਡ ਦੋਦਪੁਰ ਦੀ ਜਿੰਮ, ਜਿਹੜੇ ਕਿ ਛੋਟੇ ਬੱਚਿਆਂ ਦੀ ਬਣਾਈ ਗਈ ਹੈ ਅਤੇ ਆਹ ਸ਼ੈੱਡ ਪਾਇਆ ਹੋਇਆ ਇਹਨਾਂ ਨੇ ਇੱਥੇ, ਅਤੇ ਆਹ ਹੈਗੀ ਸਾਡਾ ਜਿੰਮ ਛੋਟੇ ਬੱਚਿਆਂ ਲਈ। ਇੱਥੇ ਛੋਟੇ ਬੱਚੇ ਆਉਂਦੇ ਹਨ ਅਤੇ ਬਜ਼ੁਰਗ ਵੀ ਇੱਥੇ ਬੈਠਣ ਨੂੰ ਜਗ੍ਹਾ ਬਣਾਈ ਹੋਈ ਉਹਨਾਂ ਵਾਸਤੇ, ਅਤੇ ਆਹ ਗੇਟ ਹੈ। ਆਹ ਦੇਖੋ ਜੀ ਜਿੰਮ ਆ, ਬਹੁਤ ਵਧੀਆ ਬੱਚਿਆਂ ਲਈ। ਇੱਧਰ ਵੀ ਆਹੀ ਹੈ ਜੀ, ਆਹ ਦੇਖੋ ਬੱਚਿਆਂ ਲਈ ਬਹੁਤ ਵਧੀਆ ਬਣਾਇਆ ਬਸ ਇੱਥੇ ਜਿਹੜੀ ਪੰਚਾਇਤ ਹੈ, ਬੱਚੇ ਕਸਰਤ ਕਰਨ ਅਤੇ ਉਹਨਾਂ ਦਾ ਮਾਨਸਿਕ ਤੌਰ 'ਤੇ ਉਹ ਬੜੇ ਹੋਣ ਅਤੇ ਆਪਣੀ ਸਿਹਤ ਦਾ ਧਿਆਨ ਰੱਖ ਸਕਣ ਅਤੇ ਉਹਨਾਂ ਦਾ ਜਿਹੜਾ ਸਰੀਰ ਆ ਉਹ ਵਧੀਆ ਹੋਵੇ, ਵਧੀਆ ਰੱਖਣ ਲਈ ਬਣਾਇਆ ਗਿਆ ਹੈ। ਆਹ ਵੀ ਦੇਖੋ ਦੇਖੋ ਜੀ, ਆਹ ਦੋ ਜਿੰਮਾਂ ਨੇ, ਇੱਕ ਆਹ ਅਤੇ ਇੱਕ ਆਹ, ਇੱਕ ਉਹ ਹੈਗੀ ਪੈਰਾਂ ਵਾਲੀ, ਇਹ ਤਾਂ ਪੈ ਕੇ ਲੱਗਦੀ ਹੈ ਐਕਸਰਸਾਈਜ਼, ਇਹ ਢੱਡ ਵਾਲੀ ਆ, ਇਹ ਢੱਡ ਵਾਲੀ ਲੱਗਦੀ ਹੈ, ਇਹਦੇ 'ਤੇ ਜਿਵੇਂ ਕਿਸੇ ਢੱਡ ਦੇ ਮਸਲ ਬਣਾਉਣੇ ਹੋਣ ਉਹਦੇ ਵਾਸਤੇ ਆ। ਇਹ ਹੈਗੀ ਆ ਜੀ ਗੋਡਿਆਂ ਵਾਸਤੇ, ਜੇ ਕਿਸੇ ਬਜ਼ੁਰਗ ਦੇ ਗੋਡਿਆਂ ਵਿੱਚ ਤਕਲੀਫ ਹੋਵੇ ਉਹਦੇ ਵਾਸਤੇ ਆ, ਇੱਥੇ ਬਹਿ ਕੇ ਪਿੱਛੇ ਨੂੰ ਹੋ ਜਾਂਦਾ ਹੈ। ਅਤੇ ਆਹ ਜਿਹਦਾ ਇੱਥੇ ਲੱਕ ਮੋਟਾ ਹੈ ਜੋ ਟੱਕ ਨੂੰ ਬਦਲਾ ਕਰਨ ਲਈ ਬਣਾਇਆ ਗਿਆ ਹੈ। ਦੇਖੋ ਜੀ ਇਹ ਬਹੁਤ ਵਧੀਆ ਜਗ੍ਹਾ ਹੈ, ਇੱਥੇ ਸ਼ਾਂਤੀ ਵੀ ਆ ਅਤੇ ਕਾਫੀ ਖੁੱਲ੍ਹੀ ਜਗ੍ਹਾ ਇੱਥੋਂ ਜੀ। ਦੇਖੋ ਜੀ ਦੇਖੋ, ਵੀਡੀਓ ਨੂੰ ਕਰ ਦਿਓ ਸਬਸਕ੍ਰਾਈਬ, ਲਾਈਕ ਸ਼ੇਅਰ ਕਮੈਂਟ ਕਰਦੇ ਕਰੋ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।